हाँ जी भी जी, सारे सत श्रीकाल जी। संदीप डेयरी फार्म विच तुहाडा बहुत बहुत वेलकम है जी। आदि अपनी भी जिहड़ी हैगी है जी, पिंड पड्डे जी, जिला गुरदासपुर पैंदा। अज फिर बई सरवण आ चुके जी। आपां इन्हां बई अगे वीडियो बहुत बनाईआं जी, आपां वधिया पशु हुंदे जी, ते बिल्कुल नॉर्मल जिहा रेट करदे बई होणी। अज फिर इन्हां कुछ पशु सेल है जी, ते आओ हुण बई ने गल्लबात करिए किन्ना प्राइस की आ ते की मिलक रिकॉर्ड आ। उस तों बल्ले वीर जी रिक्वेस्ट करदा तुहानूं पहलों कि जिहड़े वीर पहले वीडियो वेख रहे आ उन्हां वीर रिक्वेस्ट आ कि अपने चैनल नूं सबसक्राइब करन जी, ते घंटे बड़े जो दबान तां कि तुहानूं वीडियो आ सके। भी जी एक और रिक्वेस्ट आ, इत्थे आओ एक टाइम दो टाइम चवाई करो ते पास कर लै जो। हर बता एक सवाल हुंदा भी जी, दो टाइम चवाई जरूर करो आके, ठीक है ना जी। हुण बाई जी ने गलबात करिए जी। आपां हाँ जी बाई, सत श्री अकाल जी। सत श्री अकाल संदीप जी, सत श्री अकाल जी आयां नूं। सब तो पहला संदीप जी सारे वीर भैन भरावान बजुर्गों देश विदेश में रहा सारे प्यार भरे सत श्री अकाल जी। संदीप जी, आप हर बार तरह एक ही गल ज्यादा करते होंगे कि वध तो वध माँ प्यो की सेवा करो। हाँ जी, हर बार यही बेनती होंगी, हाथ जोड़ के बेनती करी दी आ कि जिन्ना भी हुंदा वा वध तो वध सेवा करो, क्योंकि माँ प्यो ना अपना वड्डे वितकरे देंदे छोटे छोटियां कोई वंडदा किसे निक्के निक्के गल्लां ही हुंदियां ते सानू ऐ लगदा कि माँ प्यो साडे नाल कुछ वखरा कर रहे ने। हां जी हां जी, ਉਹ ਵੱਖਰਾ ਨਹੀਂ ਕਿਸੇ ਨਾਲ ਵੀ ਕਰ, ਬਿਲਕੁਲ ਬਿਲਕੁਲ, ਕਿਉਂਕਿ ਉਹਨਾਂ ਨੂੰ ਤੇ ਉਹਨਾਂ ਦੀਆਂ ਪੰਜ ਉਂਗਲਾਂ ਤੇ ਇੱਕੋ ਜੀਆਂ ਨਾ, ਜਿਹਨੂੰ ਮਰਜ਼ੀ ਵੱਡਿਆ ਜਾਵੇ ਦਰਦ ਤਾਂ ਬਰਾਬਰ ਹੀ ਹੁੰਦਾ ਹੁੰਦਾ ਭਾਜੀ, ਉਹ ਨਹੀਂ ਕਰਦੇ ਹੁੰਦੇ, ਸਾਨੂੰ ਇੰਜ ਲੱਗਦਾ ਹੁੰਦਾ ਵਾ। ਤੇ ਮੈਂ ਕਈ ਆਮ ਹੀ ਘਰਾਂ 'ਚ ਇੱਥੇ ਵੀ ਮਤਲਬ ਸਰਪੰਚੀ ਲੈਵਲ ਤੇ ਵੀ ਲੋਕਾਂ 'ਚ ਪਿੰਡ 'ਚ ਵੀ ਸਾਰੇ ਵਿਚਰੀਦਾ, ਲਾਗੇ ਵੀ ਜਾਈਦਾ, ਹਾਂਜੀ ਭਾਜੀ ਹਾਂਜੀ, ਬਾਹਰ ਵੀ ਬਹੁਤ ਜਾਈਦਾ। ਇਹ ਛੋਟੀ ਛੋਟੀਆਂ ਗੱਲਾਂ ਵਿੱਚ ਮਾਂ ਪਿਓ ਨਾਲ ਨਾ ਆਪਾਂ ਗੁੱਸੇ ਨਾ ਹੋਇਆ ਕਰ, ਹਾਂਜੀ ਹਾਂਜੀ, ਕਈ ਗੱਲਾਂ ਬਹਿ ਕੇ ਬੜੀਆਂ ਸੌਖੀਆਂ ਸੌਲ ਹੋ ਜਾਂਦੀਆਂ, ਇਸ ਕਰਕੇ ਉਹਨਾਂ ਤੁਸੀਂ ਜਿੰਨਾ ਵੀ ਹੁੰਦਾ ਵਾ ਬਹਿ ਕੇ ਆਪਸ ਵਿੱਚ ਹੀ ਕਰਿਆ ਕਰੋ, ਬਿਲਕੁਲ, ਤੇ ਮਾਂ ਪਿਓ ਦਾ ਜਿੰਨਾ ਵੀ ਹੁੰਦਾ ਸਤਿਕਾਰ ਕਰਿਆ ਕਰੋ। ਅੱਜ ਕੱਲ ਪਿੱਛੇ ਬਜ਼ੁਰਗਾਂ ਨੂੰ ਟਾਈਮ ਲੱਗ ਜਾਂਦਾ ਸੀ, ਬਜ਼ੁਰਗ ਹੁੰਦਿਆਂ ਨੂੰ, ਹਾਂਜੀ, ਹੁਣ ਤਾਂ ਵਾਰੀ ਝੱਟ ਆ ਜਾਂਦੀ, ਹਾਂਜੀ ਨਹੀਂ ਸਹੀ, ਹੁਣ ਮੈਂ 50 ਸਾਲਾਂ ਦਾ ਵਾ, ਦੋਵੇਂ ਬੱਚੇ ਵਿਆਹੇ ਗਏ, ਮੇਰੀ ਵਾਰੀ ਵੀ ਆ ਗਈ, ਬਿਲਕੁਲ ਆ ਗਈ ਨਾ, ਆ ਗਈ ਜੀ ਆ ਗਈ, ਤੇ ਇਦਾਂ ਹੁਣ ਵਾਰੀ ਬਹੁਤ ਛੇਤੀ ਆਉਣ ਲੱਗ ਪਈ, ਆਪਾਂ ਸੋਚਿਆ ਕਰੇ ਵਾਰੀ ਬਹੁਤ ਛੇਤੀ ਆਉਂਦੀ, ਬਿਲਕੁਲ ਭਾਜੀ, ਬਿਲਕੁਲ ਬਿਲਕੁਲ, ਤੇ ਅੱਜ ਮਤਲਬ ਇਹ ਬਜ਼ੁਰਗ ਆ, ਕੱਲ ਨੂੰ ਅਸੀਂ ਹੋ ਜਾਣਾ, ਉਸ ਤੋਂ ਬਾਅਦ ਸਾਡੀ ਅਗਲੀ ਪੀੜ੍ਹੀ ਦੇ ਹੋ ਜਾਣਾ, ਬਿਲਕੁਲ ਸਹੀ ਸਹੀ, ਇਸ ਕਰਕੇ ਆਪਾਂ ਨੂੰ ਚੋਇਸ ਜੋ ਮਤਲਬ ਸੋਚਣਾ ਚਾਹੀਦਾ ਵਾ ਕਿ ਹੋ ਸਕਦਾ ਆਪਾਂ ਵੀ ਇਸੇ ਰਸਤੇ ਥਾਂ ਹੀ ਲੰਘਣਾ ਵਾ, ਬਿਲਕੁਲ ਜੀ, ਤੇ ਇਸ ਕਰਕੇ ਜਿੰਨਾ ਵੀ ਹੁੰਦਾ ਵੱਧ ਤੋਂ ਵੱਧ ਸੇਵਾ ਕਰਿਆ ਕਰੋ। ਪਿਛਲੀ ਵਾਰੀ ਇੱਕ ਬੰਦੇ ਦੁਆਰੇ ਮੈਨੂੰ ਫੋਨ ਕੀਤਾ ਵੀ ਤੁਸੀਂ ਦੁੱਧ ਦਾ ਨੇ ਰੇਟ ਜ਼ਿਆਦਾ ਹੋਣਾ ਚਾਹੀਦਾ, ਹਾਂਜੀ ਹਾਂਜੀ, ਤੇ ਜਿੰਨਾ ਲੈਣਾ ਉਹਨਾਂ ਵਾਸਤੇ ਵੀਰ ਜੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ, ਜਿੰਨਾ ਲੈਣਾ ਇੱਕ ਮੱਝ ਤੇ ਇੱਕ ਗਾਂ ਰੱਖ ਕੇ ਵੇਖੋ, ਹਾਂਜੀ, ਸਿਰਫ 6 ਮਹੀਨੇ ਵਾਸਤੇ, 6 ਮਹੀਨੇ ਵਾਸਤੇ, ਸਹੀ ਸਹੀ, ਠੀਕ ਆ ਨਾ, ਇੱਕ ਕਨਾਲ ਪੱਠੇ ਮੁੱਲ ਲਓ, ਬਿਲਕੁਲ ਜੀ, ਪੂਰੀ ਬਣਾ ਕੇ ਰੱਖੋ, ਹਾਂਜੀ, ਤੇ ਫਿਰ ਉਸ ਤੋਂ ਬਾਅਦ ਵੇਖਿਓ ਵੀ ਦੁੱਧ ਕਿੰਨੇ ਨੂੰ ਕਿਲੋ ਪੈਂਦਾ, ਜਿੰਨਾ ਦੇ ਘਰ ਮੱਝਾਂ ਬੱਜੀਆਂ ਗਾਵਾਂ ਬੱਜੀਆਂ ਨਾ, ਹਾਂਜੀ, ਉਹ ਕਿਤੇ ਮੈਰਿਜ ਤੇ ਜਾਂ ਕਿਤੇ ਪ੍ਰੋਗਰਾਮ ਤੇ ਜਾਂਦੇ ਆ ਨਾ, ਹਾਂਜੀ, ਉਹਨਾਂ ਦਾ ਮੈਰਿਜ ਵਾਲ ਘੱਟ ਖਿਆਲ ਹੁੰਦਾ, ਘੜੀਆਲ ਵੱਧ ਹੁੰਦਾ ਵੀ 3 ਵਜੇ ਵਾਪਸ ਘਰ ਵਾਪਸ ਜਾਣਾ, ਸਹੀ ਗੱਲ ਹੈ ਜੀ, ਬਿਲਕੁਲ ਹੈ ਕਿ ਨਹੀਂ, ਕੰਮ ਹੀ ਇਹੋ ਜਿਹਾ ਜੀ, ਲੜਕਾ ਲੜਕੀ ਵਾਲ ਵੇਂਦੇ ਹੁੰਦੇ ਵੀ ਕਦੋਂ ਸਗਨ ਦਈਏ ਤੇ ਘਰ ਨੂੰ ਜਾਈਏ, ਤੇ ਜੇ ਲੇਟ ਹੋ ਜਾਣ ਰੋਟੀ ਵੀ ਨਹੀਂ ਕਿਹੜਾ ਖਾ ਕੇ ਆਉਂਦੇ, ਪਹਿਲਾਂ ਆ ਜਾਂਦੇ, ਪਹਿਲਾਂ, ਸਹੀ ਗੱਲ ਹੈ, ਕਿਉਂਕਿ ਮਾਲ ਦੀ ਇੰਨੀ ਟੈਨਸ਼ਨ ਆ, ਫੇਰ ਦੁੱਧ ਦਿੰਦਾ, ਸਹੀ ਗੱਲ ਹੈ, ਤੇ ਇੰਨਾ ਵੰਡ ਮਹਿੰਗਾ ਪਾਉਣਾ, ਹਾਂਜੀ ਹਾਂਜੀ, ਤੇ ਜਦੋਂ ਕਿਤੇ ਮੀਂਹ ਪੈ ਜਾਂਦਾ ਉਦੋਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸੰਦੇਹ ਕੀ, ਸਹੀ ਗੱਲ ਹੈ ਭਾਜੀ, ਬਿਲਕੁਲ, ਬਹੁਤ ਔਖਾ ਔਖਾ ਜੀ ਔਖਾ, ਇਹ 100 ਰੁਪਏ ਵੀ ਕਿਲੋ ਹੋਊਗਾ ਨਾ, ਹਾਂਜੀ, ਮੈਂ ਤਾਂ ਵੀ ਆਂਦਾ ਸਸਤਾ ਸਸਤਾ, ਤੇ ਨਹੀਂ ਆ ਤਾਂ ਕੋਈ ਵੀ ਮੇਰਾ ਵੀ ਟਰਾਈ ਕਰਕੇ ਵੇਖ ਲੈ, ਸਹੀ ਗੱਲ ਹੈ ਭਾਜੀ, ਛੋਟੀ ਜੀ ਗੱਲ ਹੈ, ਬਿਲਕੁਲ ਜੀ ਬਿਲਕੁਲ, ਠੀਕ ਆ ਨਾ, ਹਾਂਜੀ, ਛੋਟੀ ਜੀ ਗੱਲ ਆ, ਮੱਝ ਲਓ, ਗਾਂ ਲਓ, 6 ਮਹੀਨੇ ਟਰਾਈ ਕਰ ਲਓ, ਬਿਲਕੁਲ, ਜੇ ਤੁਹਾਨੂੰ ਲੱਗੋ ਤਾਂ 100 ਰੁਪਏ ਵੀ ਸਸਤਾ, ਸਹੀ ਸਹੀ ਗੱਲ ਹੈ, ਇੰਨਾ ਇੱਥੇ ਮਿਹਨਤ ਕਰਨੀ ਪੈਂਦੀ ਆ, ਇਹਨਾਂ ਦੇ ਨਾਲ ਹੀ ਰਲ ਕੇ ਰਹਿਣਾ ਪੈਂਦਾ, ਬਿਲਕੁਲ ਜੀ, ਇਹਨਾਂ ਦੇ ਨਾਲ ਹੀ ਰਲ ਕੇ ਰਹਿਣਾ ਪੈਂਦਾ, ਹੁਣ ਅੱਜ ਕੱਲ ਗਰਮੀ ਦਾ ਮੌਸਮ ਆ ਨਾ, ਤੇ 3 ਤੋਂ 4 ਵਾਰਾ ਪਾਣੀ ਵਖਾਉਣਾ ਪੈਂਦਾ, ਵਖਾਉਣਾ ਪੈਂਦਾ ਜੀ, ਕਈ ਵਾਰਾ ਗਰਮੀ ਨਾਲ ਪੱਠੇ ਨਹੀਂ ਖਾਂਦੀਆਂ, ਕਵੰਡ ਨਹੀਂ ਖਾਂਦੀਆਂ, ਬਾਰ ਬਾਰ ਇਹ ਨਾਲ ਖਿਆਲ ਰੱਖਣਾ ਰੱਖਣਾ ਪੈਂਦਾ, ਤੇ ਫੇਰ ਜਾ ਕੇ ਦੁੱਧ ਤਿਆਰ ਹੁੰਦਾ, ਤਿਆਰ ਹੁੰਦਾ ਜੀ, ਇਸ ਕਰਕੇ ਵੀਰ ਜੀ ਬੇਨਤੀ ਆ, ਦੁੱਧ ਤੇ ਮਿਹਨਤ ਬੜੀ ਆਉਂਦੀ ਆ, ਖਰਚਾ ਬਹੁਤ ਆਉਂਦਾ, ਖਰਚਾ ਆਉਂਦਾ, ਤਾਂ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ, ਚੰਗਾ ਲਓ, ਚੰਗਾ ਖਾਓ, ਤੇ ਮੁੱਲ ਦੇਣ ਲੱਗਿਆਂ ਕੋਈ ਫਰਕ ਨਹੀਂ ਪੈਂਦਾ, ਨਹੀਂ ਪੈਂਦਾ ਭਾਜੀ, ਨਹੀਂ, ਠੀਕ ਆ ਨਾ, ਬਿਲਕੁਲ, ਖਾਣ ਨੂੰ ਵੀ ਤੁਹਾਨੂੰ ਚੰਗਾ ਵਧੀਆ ਮਿਲਣਾ, ਹਾਂਜੀ, ਇਸ ਕਰਕੇ ਬੇਨਤੀ ਕਰੀਦੀ ਆ ਕਿ ਵਧੀਆ ਬਣਾਓ, ਵਧੀਆ ਖਾਓ, ਹਾਂਜੀ, ਬਸ ਇਹੀ ਸੰਦੀਪ ਜੀ ਬੇਨਤੀ ਆ, ਕਹਿੰਦੇ ਬਾਰੇ ਇਹ ਸੰਦੀਪ ਜੀ, ਮੈਂ ਨਾ ਉਹ ਬੱਚੇ ਦਾ ਕੇਟਾ ਮੈਂ ਵਿਖਾਇਆ, ਹਾਂਜੀ ਹਾਂਜੀ ਵਿਖਾਇਆ ਸੀ, ਸਾਰਿਆਂ ਨੇ ਉਹ ਵੀਡੀਓ ਵੇਖੀ, ਹਾਂਜੀ, ਇਹ ਮਈ ਕੋ ਮੈਂ ਤੁਹਾਨੂੰ ਦੱਸਿਆ ਨਾ ਕਿ 14 ਕਿਲੋ ਦੁੱਧ ਕੱਢੂਗੀ, ਹਾਂਜੀ, ਹੁਣ ਮਈ ਕੋਈ 14 ਕਿਲੋ ਦੁੱਧ ਰੈਡੀ ਆ, ਤੇ 13 ਕਿਲੋ ਜਿਹੜੇ ਮਰਜ਼ੀ ਘਰ ਦੀ ਗਰੰਟੀ ਹੋ, ਬਾ ਠੀਕ ਹੈ, ਪਾੜੇ ਦੇ ਮਈ ਪਾੜੇ ਮਿਲਦੇ, ਪਾੜੇ ਦੇ ਮਈ, ਟੀਕਾ ਟੁਕਣ ਲੈਣ ਦੀ ਲੋੜ ਕੋਈ, ਟੀਕਾ ਨਹੀਂ ਕੋਈ ਕੁਛ ਨਹੀਂ, ਮੇਰੇ ਘਰ 14 ਕਿਲੋ ਮਾਰਨਾ ਵਾ, ਜੇ ਗਰੰਟੀ ਦੇ ਖੜੋ ਤੇ 13 ਕਿਲੋ, ਬਾ ਠੀਕ, ਖੋਲ ਲੈ, ਕਿਉਂਕਿ ਕਿਲੋ ਦੇ ਐਵੇਂ ਘਟ ਜਾਂਦਾ, ਹਾਂਜੀ, ਆ ਜਾਓ, ਆ ਜਾਓ, ਬਹੁਤ ਖਾਣ ਲੈ ਵਾ ਇਹਦੇ ਕੋਲ,
बिलकुल जी आज लिया जी लिया ले चलो जी कीमत संदीप जी गल वाधा घाटा मैं ब्यासी दे दांगे पर वाधा घाटा ज्यादा देर करना पैना आज तो ब्यासी तो भी बहुत महंगी ठीक है बोला कटा जी फिर इधर किन्ने करजू बजे दुद्ध जी फिर आखरे फल जी फर्क नहीं गा माड़ा जो ओदा कुछ बजा वा अच्छा बजा ऐसा कुछ बजा ठीक है ਬਾਜੀ ਫਿਰ ਇਹਦੀ ਕੀਮਤ ਇਹ ਕੀਮਤ 76000 ਦੀ ਹੈ ਇਹ 76000 ਦੀ ਚਲੋ ਚਲੋ ਠੀਕ ਹੈ 13 ਪਲੱਸ 13 ਤੋਂ 14 ਕਿਲੋ ਦੁੱਧ ਵੀ ਕੱਢੂ ਗਰੰਟੀ ਕਿਸ਼ਤਾਂ ਗਰੰਟੀ ਬਿਲਕੁਲ ਕਿ ਜਿੰਨਾ ਕੋ ਮਹੀਨੇ ਹਾਂ ਜੀ ਹਾਂ ਜੀ ਉਹਨਾਂ ਫੁੱਲ ਗਰੰਟੀ ਬਾ ਠੀਕ ਹੈ 11 ਕਿਲੋ ਮਹੀਨੇ ਕੋ ਹੋਣਾ ਬੋੜਾ ਨਾਲ ਦੇ ਬਿਲਕੁਲ ਇਹ ਦੇਖ ਇਹਨਾਂ ਖਾਣੇ ਤੇ ਮੈਂ ਲੱਗ ਸਕਦਾ ਬੇ ਨਾ ਲੈਵਾ ਕਿੰਨਾ ਖਾਇਆ ਸਹੀ ਗੱਲ ਹੈ ਜੀ ਬਾਕੀ ਚੋਣ ਬਹੁਤ ਵਧੀਆ ਠੀਕ ਹੈ ਜੀ ਇਹ ਦੀ ਕੀ ਗੱਬੜਾ ਇਹ ਗੱਬੜਾ ਜੀ 5 ਲੈ ਕੇ 4 ਲੈ ਕੇ 6 ਲੈ ਕੇ ਦੇਣਾ ਹਾਂ ਜੀ हाँ जी
ਇਹ ਸੰਦੀਪ ਜੀ ਉਹ ਤਾਂ ਦੇ 55 ਦੀ ਵੇਚਦੇ 60 ਦੀ ਵੇਚਦੇ ਉਹਨਾਂ ਨੂੰ ਮੈਂ ਵਸੇ ਮਤ ਦੱਸਿਆ ਸੀ ਕਿ 53 55 54 ਦੇ ਵਿੱਚ ਮਹੀ ਵਿਕਣੀਆਂ ਦਾ ਠੀਕ ਹੈ ਜੀ ਕਿਉਂਕਿ ਜੋ ਅਸੀਂ ਤੇ ਰੋਜ਼ ਵੀਡੀਓ ਪਾਉਨੇ ਆ ਹਾਂ ਜੀ ਹਾਂ ਜੀ ਤੇ ਇੰਨੀ ਕਿ ਦੀ ਮਹੀ 53 ਤੋਂ ਉੱਪਰ ਉੱਪਰ ਹੀ ਮਹੀ ਮਿਲੂਗੀ 53 ਦੀ 53 ਇਹਨੇ ਦੇ ਦੋ ਇਹਨੇ ਦੇ ਦੋ ਆਹੀ ਪਸ਼ੂ ਹੈ ਜੀ ਉਹ ਪਸ਼ੂ ਆ ਠੀਕ ਆ ਆਪਾਂ ਇਹਦਾ ਕੋਈ ਲੈਣਾ ਨਹੀਂਗਾ ਪਾਣੀ ਵਾਟ ਦੋ ਨਾ ਦੇ ਬਿਲਕੁਲ ਤੇ ਲੋ ਵੀ ਜੀ ਆ ਵੀਰੇ ਪਸ਼ੂ ਹੈ ਜੀ ਤੇ ਫਿਰ ਮੇਰਾ ਵੀਰ ਇੱਥੇ ਆ ਕੇ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਆਰੀ ਪੂਰੀ ਤਸੱਲੀ ਨਾਲ ਲੈ ਜਾ ਵੀਡੀਓ ਨੂੰ ਦੋ ਤਿੰਨ ਵਾਰ ਜ਼ਰੂਰ ਚੈੱਕ ਕਰੋ ਸਹੀ ਹੈ ਨਾ ਭਾਈ ਜੀ ਸੰਦੀਪ ਜੀ ਬੇਨਤੀ ਕਰਦਾ ਹਾਂ ਬਹੁਤ ਵੀਡੀਓ ਤੁਹਾਡੀਆਂ ਬਣ ਹਾਂ ਜੀ ਹਾਂ ਜੀ ਜਿੱਥੋਂ ਤੁਹਾਡੇ ਮਨ ਨੂੰ ਤਸੱਲੀ ਹੁੰਦੀ ਨਾ ਹਾਂ ਜੀ ਉੱਥੋਂ ਲੋ ਸਹੀ ਗੱਲ ਹੈ ਠੀਕ ਹੈ ਨਾ ਤੇ ਘੱਟੋ ਘੱਟ ਦੋ ਟਾਈਮ ਦੀ ਜੁਆਈ ਕਰੋ ਕਰੋ ਜੀ ਕਰੋ ਤੇ ਜਿਹੜਾ ਬੰਦਾ ਆਨਲਾਈਨ ਮਤਲਬ ਨਹੀਂ ਲੈਂਦਾ ਨਾ ਹਾਂ ਜੀ ਉਹਨਾਂ ਕੋਈ ਠੱਗੀ ਵਾਜ ਵੀ ਲੋਕੀ ਬਤਾਉਂਦੇ ਹੁੰਦੇ ਮੇਰਾ ਵੀਡੀਓ ਸੁਣੀ ਦੀ ਆ ਨਾ ਕਿ ਮੇਰਾ ਨਾ ਠੱਗੀ ਵਾਜ ਗਈ ਮੇਰਾ ਨਾ ਉਹ ਵਾਜ ਗਈ ਤੇ ਮੈਨੂੰ ਬੜੀ ਖੁਸ਼ੀ ਹੋਈ ਹਾਂ ਜੀ ਤੇ ਇਹ ਨਾ ਠੱਗੀ ਵਜੇ ਨੇ ਆਨਲਾਈਨ ਮਗਾਈ ਕਿਉਂ ਹਾਂ ਜੀ ਆਨਲਾਈਨ ਸਿਰਫ ਉਹ ਬੰਦੇ ਕੋ ਮਗਾਉਣੀ ਤੁਸੀਂ ਜਿੰਨਾ ਤੁਹਾਡਾ ਪਹਿਲਾ ਪਿਆਰ ਚਾ ਪਿਆਰ ਸਹੀ ਸਹੀ ਜਿੰਨਾ ਕੋ ਡੰਗਰ ਲੈਨੇ ਆ ਹਾਂ ਜੀ ਉਹ ਤੁਹਾਨੂੰ ਦਿੰਦਾ ਵਾ ਆਨਲਾਈਨ ਲਓ ਜਿਹੜਾ ਨਵਾਂ ਬੰਦਾ ਵਾ ਨਾ ਆਪਣੀ ਤਸੱਲੀ ਘਰ ਆ ਕੇ ਕਰੋ ਬਿਲਕੁਲ ਦੋ ਟਾਈਮ ਚਵਾਈ ਕਰੋ ਤੁਹਾਡੀ ਤਸੱਲੀ ਹੋ ਬਿਲਕੁਲ ਜੀ ਠੀਕ ਆ ਨਾ ਹਾਂ ਜੀ ਐਵੇਂ ਨਹੀਂ ਆ 4-5 ਕੋਈ 4-5 ਟਾਈਮ ਨਹੀਂ ਸ਼ਾਮਾਂ ਨੂੰ ਮਹੀ ਖਾਲੀ ਕਰੋ ਸਵੇਰੇ ਪਤਾ ਲੱਗਦਾ ਮਹੀ ਨੇ ਕੀ ਦੇਣਾ ਕੀ ਦੇਣਾ ਸਹੀ ਗੱਲ ਹੈ ਹਾਂ ਜੀ ਹਾਂ ਜੀ ਹਾਂ ਜੀ ਇਹੀ ਬੇਨਤੀ ਕਰਦਾ ਵਾਂ ਵੀ ਆਪਣੀ ਦੋ ਟਾਈਮ ਤਸੱਲੀ ਕਰਿਆ ਕਰੋ ਆਨਲਾਈਨ ਦੇ ਚੱਕਰ 'ਚ ਫਸੋ ਨਾ ਅਜੇ ਅਸੀਂ ਪੰਜਾਬ ਦੇ ਲੋਕ ਸਾਰੇ ਜਿੰਨੇ ਵੀ ਵੀਡੀਓ ਪਾਉਣ ਦੇ ਲਗਭਗ ਸਾਰੇ ਚੰਗੇ ਆ ਤੁਹਾਨੂੰ ਪੈਸਿਆਂ ਦਾ ਕੋਈ ਖਤਰਾ ਨਹੀਂ ਬਿਲਕੁਲ ਬਾਜੀ ਬਿਲਕੁਲ ਸਹੀ ਅਜੇ ਮੈਨੂੰ ਇੰਨਾ ਲਗਭਗ ਕੋਈ 1-2% ਹੋ ਸਕਦਾ ਵਾ ਨਹੀਂ ਤੇ ਸਾਰੇ ਕੋਈ ਪੈਸਾ ਨਹੀਂ ਕਿਸੇ ਦਾ ਮਾਰ ਨਹੀਂ ਮਾਰ ਸਹੀ ਤੁਸੀਂ 5000 10000 ਸਾਈ ਪਾਉਨੇ ਆ ਉਹ ਤੁਹਾਨੂੰ ਬੈਕ ਹੁੰਦਾ ਬਿਲਕੁਲ ਜੀ ਬਿਲਕੁਲ ਜਦੋਂ ਮਰਜ਼ੀ ਤੁਸੀਂ ਕਰਵਾ ਸਕਦੇ ਹੈਗੇ ਪਰ ਇੱਕ ਗੱਲ ਜ਼ਰੂਰ ਵਾ ਕਿ ਆਪ ਜ਼ਰੂਰ ਆਇਆ ਕਰੋ ਬਿਲਕੁਲ ਜੀ ਠੀਕ ਵਾ ਨਾ ਹੁਣ ਸੰਦੀਪ ਜੀ ਆਪਾਂ ਵੀਡੀਓ ਪਾਉਨੇ ਆ ਆਪਾਂ ਕਿੰਨਾ ਪੈਸਾ ਆਨਲਾਈਨ ਪੈਂਦਾ ਲੋਕ ਪਿਆਰ ਕਰਦੇ ਸਾਰੇ ਜਾਣਦੇ ਆ ਕੋਈ ਇੱਕ ਵਾਰਾ ਦੱਸੇ ਵੀ ਭਾਈ ਮੇਰਾ 1 ਰੁਪਏ ਦਾ ਅੱਗਾ ਪਿੱਛਾ ਹਾਂਜੀ ਸਹੀ ਗੱਲ ਮਤ ਬਲਦੀ ਨਹੀਂ ਹਾਂਜੀ ਜਿੱਥੋਂ ਮਰਜ਼ੀ ਦਾ ਬੰਦਾ ਹੋਵੇ ਲੈ ਸਕਦਾ ਹੈਗਾ ਵਾ ਪਰ ਇਹੋ ਜਿਹਾ ਆਵੇ ਆਪ ਬਿਲਕੁਲ ਜੀ ਇਹ ਜਿਹੜੇ ਆਨਲਾਈਨ ਹੁੰਦਾ ਨਾ ਇਹ ਕੋਈ ਮੇਰੀ ਭੈਣ ਜਿੱਦਾਂ ਵਿਧਵਾ ਵਾ ਕੋਈ ਅੰਗਹੀਣ ਵਾ ਉਹਨਾਂ ਵਾਸਤੇ ਹੁੰਦਾ ਬਿਲਕੁਲ ਹਾਂਜੀ ਦੂਸਰੇ ਵਾਸਤੇ ਚੰਗਾ ਭਲਾ ਇਨਸਾਨ ਉਹਦੇ ਵਾਸਤੇ ਆਨਲਾਈਨ ਨਹੀਂ ਹੁੰਦਾ ਜਿੱਦਾਂ ਕੋਈ ਆਰਮੀ ਚ ਮੇਰਾ ਵੀਰ ਗਿਆ ਵਾ ਘਰ ਪਰਿਵਾਰ ਵਾ ਛੋਟੇ ਬੱਚੇ ਨਹੀਂ ਆ ਸਕਦੇ ਹੈਗੇ ਉਹਨਾਂ ਵਾਸਤੇ ਹੁੰਦਾ ਵਾ ਤੇ ਬੇਨਤੀ ਹੱਥ ਜੋੜ ਕੇ ਇਹੋ ਹੀ ਆ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਪਹਿਲਾਂ ਆਪ ਆਓ ਇੱਕ ਆ ਸੰਦੀਪ ਜੀ ਇੱਕ ਮੋਟਰਸਾਈਕਲ ਵੇਚਣਾ ਹੈਗਾ ਵਾ ਅੱਛਾ ਮੋਟਰਸਾਈਕਲ ਕਿਹੜਾ ਮਾਡਲ ਹੈ ਜੀ ਇਹ 13 ਮਾਡਲ ਵਾ ਹਾਂਜੀ ਤੇ 1 ਸਾਲ ਚੱਲਿਆ ਸਿਰ ਅੱਛਾ ਜੀ ਇਹ ਬਾਕੀ ਸਾਰਾ ਸਮਾਂ ਖਲੋਤਾ ਰਿਹਾ ਵਾ ਹਾਂਜੀ ਇਹ ਮੇਰੇ ਭਾਣਜੇ ਦਾ ਮੋਟਰਸਾਈਕਲ ਵਾ ਠੀਕ ਹੈ ਚਲ ਗਿਆ ਕੈਨੇਡਾ ਅੱਛਾ ਜੀ ਉਦੋਂ ਦਾ ਹੀ ਠੀਕ ਹੈ ਬਿਲਕੁਲ 1 ਸ਼ਹੀਦ ਤੱਕ ਨਹੀਂ ਇਹਨੂੰ ਆਈ ਹੋਊਗੀ ਅੰਮ੍ਰਿਤਸਰ ਨੰਬਰ ਹੈ ਨਾ ਜੀ ਅੰਮ੍ਰਿਤਸਰ ਨੰਬਰ ਵਾ ਠੀਕ ਹੈ 13 ਮਾਡਲ ਵਾ ਇਹ ਤੇ ਸਿਰਫ 22000 ਕਿਲੋਮੀਟਰ ਇੱਕ ਚੱਲਿਆ ਰੀਜਨਲ ਰੀਜਨਲ ਹੈ ਰੀਜਨਲ 22000 ਨਾਲ ਦਾ ਟਾਇਰ ਨਾਲ ਦੀ ਕੋਈ ਚੀਜ਼ ਬਦਲੀ ਨਹੀਂ ਹੋਊ ਠੀਕ ਹੈ ਜੀ ਐਦਾਂ ਹੀ ਖਲੋਤਾ ਨਾਲ ਸਟਾਰਟ ਕਰ ਲਓ ਰਾਤੀ ਮੈਂ ਸਰਵਿਸ ਕਰਾਈ ਇਹਦੀ ਤੇ ਹਲਪ ਸਟਾਰਟ ਵਾ ਹਾਂ ਜੀ ਮਾਡਲ ਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਵੀਰ ਜੀ ਜਿਹੜਾ ਵੱਡੇ ਪਿੰਡ ਵਾ ਇੱਥੋਂ ਡੇਰਾ ਰਾਣਾ ਸਵਾਮੀ 20 ਕਿਲੋਮੀਟਰ ਵਾ ਮਹਿਤਾ ਵੀ 20 ਕਿਲੋਮੀਟਰ ਆ ਤਾਂ ਸ੍ਰੀ ਹਰਗੋਬਿੰਦਪੁਰ ਵੀ 20 ਕਿਲੋਮੀਟਰ ਹੈਗਾ ਇਹ ਸਾਡੇ ਨਜ਼ਦੀਕ ਨਜ਼ਦੀਕ ਵਾ ਜ਼ਿਲ੍ਹਾ ਸਾਡਾ ਗੁਰਦਾਸਪੁਰ ਆ ਬਾਰ ਬਾਰ ਪੁੱਛਦੇ ਰਹਿੰਦੇ ਮੇਰੇ ਵੀਰ ਕਿ ਤੁਹਾਡਾ ਜ਼ਿਲ੍ਹਾ ਕਿਹੜਾ ਗੁਰਦਾਸਪੁਰ ਆਪਣਾ ਜ਼ਿਲ੍ਹਾ ਜੀ ਫੋਨ ਨੰਬਰ 98721-16727 98721-16727 ਆਹ ਮੇਰਾ ਨੰਬਰ ਆ ਵੀਰ ਜੀ ਜਿਹੜਾ ਮਰਜ਼ੀ ਸਤਿ ਸ਼੍ਰੀ ਅਕਾਲ।